ਬਹੁਤ ਹੀ ਸਤਿਕਾਰਯੋਗ ਮਾਪਿਓ ਤੇ ਪਿਆਰੇ ਬੱਚਿਓ ਅੱਜ ਅਸੀਂ ਇੰਗਲਿਸ਼ ਦੇ ਪਾਠ ਵਿੱਚ ਬਾਵਲ ਸਾਊਂਡ ਓ ਨੂੰ ਪੜ੍ਹਾਂਗੇ ਜਿਸ ਦੀ ਆਵਾਜ਼ ਕਦੇ ਹੋੜਾ ਬਣਦੀ ਹੈ ਜੂ ਨਾ ਲੱਗਣ ਤੇ ਹੈ ਤੇ ਏ ਨਾ ਲੱਗਣ ਤੇ ਕਰੋੜਾ ਬਣ ਜਾਂਦੀ ਹੈ ਅਤੇ ਜੇਕਰ ਇਹ ਆਵਾਜ਼ ਅਸੀਂ ਡਬਲ ਓ ਦੀ ਲਾਉਂਦੇ ਹਾਂ ਤਾਂ ਕਦੇ ਇਸ ਦੀ ਆਵਾਜ਼ ਦਲੈਂਕੜ ਦੀ ਆਉਂਦੀ ਹੈ ਤੇ ਕਦੇ ਔਂਕੜ ਦੀ ਆਉਂਦੀ ਹੈ ਇਹ ਚਾਰ ਆਵਾਜ਼ਾਂ ਅਸੀਂ ਦੇਖਦੇ ਹਾਂ ਕਿਵੇਂ ਬਣੀਆਂ ਹਨ ਜਿਵੇਂ ਸੀ ਓ ਟੀ ਕਾਟ ਪੀ ਓ ਟੀ ਪਾਟ ਐਲ ਓ ਜੀ ਲੌਗ C O P C O P T O P M O P ਮ ਤਾਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਆਵਾਜ਼ਾਂ ਨੂੰ ਚੁੱਚੀ ਬੋਲਣਾ ਹੈ ਤੇ ਵਿਆਸ ਕਰਨਾ ਹੈ ਜਿਵੇਂ ਅਸੀਂ ਦੇਖਦੇ ਹਾਂ ਕਿ O T ਦੀ ਆਵਾਜ਼ ਆਟ ਹੁੰਦੀ ਹੈ C ਲੱਗ ਜਾਈ ਅੱਗੇ ਲਾ ਲਾਵਾਂਗੇ ਤਾਂ ਕਾਟ ਬਣੇਗੀ D ਨਾ ਡਾਟ ਗਾਟ ਹਾਟ ਨਾਟ ਲਾਟ ਪਾਟ ਇਸ ਤਰੀਕੇ ਨਾਲ ਪੜ੍ਹ ਬੱਚਿਓ ਜਦੋਂ ਇਸ ਦੀ ਆਵਾਜ਼ O P ਲੱਗਦੀ ਹੈ ਪਿੱਛੇ ਤਾਂ ਓਪਨ ਦਾ ਹੈ C ਨਾਲ ਕਾਪ ਮੋਪ top hop ਇਸ ਤਰੀਕੇ ਨਾਲ ਹੀ o ਜੀ ਨਾਲ ऑग ਬਣਦਾ ਹੈ dog fog log jog ਤਾਂ o ਵਾਈ ਨਾਲ ਓਏ ਬਣਦਾ ਹੈ ਓਏ boy joy toy who x ਨਾਲ ox ਬਣਦਾ ਹੈ box fox ਤਾਂ ਇਸ ਤਰੀਕੇ ਤੁਸੀਂ ਇਨਾ ਸ਼ਬਦਾਂ ਨੂੰ ਉੱਚੀ-ਉੱਚੀ ਪੜ੍ਹਨਾ ਹੈ ਜਿਵੇਂ odd ਨਾਲ ਆ ਬਣਦਾ ਹੈ law saw grow r b slow ਤਾਂ ਤੁਸੀਂ ਇਸ ਪੇਜ ਦੇ ਸ਼ਬਦਾਂ ਨੂੰ ਲਿਖ ਕੇ ਮੈਨੂੰ ਫੋਟੋਗ੍ਰਾਫ ਭੇਜਨੇ ਹਨ ਅਤੇ ਉੱਚੀ ਚਿਪੜਨਾ ਹੈ ਜਿਵੇਂ o ਡਬਲ ਨਾਲ ਆਉ ਬਣਦਾ ਹੈ ਤਾਂ ਅਲੱਗ-ਅਲੱਗ ਸ਼ਬਦਾਂ ਦੀ ਸਿਖਿਆ ਕਰਾਂਗੇ ਕਾਓ ਕੌਬ ਰੌਡ ਪੌਡ ਡੌਟ ਡੌਬ ਜਿਵੇਂ ਕਾਓ ਨਾਓ ਹਾਓ ਬੌਬ o ਡਬਲ ਨਾਲ ਕੌਡ ਰੌਡ ਨੌਡ ਪੌਡ ਗੌਡ o ਡਬਲ ਨਾਲ ਔਂਕੜ ਬਣਦਾ ਹੈ ਜਿਵੇਂ ਬੁੱਕ ਕੁੱਕ ਹੁੱਕ ਲੁੱਕ ਟੌਕ ਫੌਟ ਗੁੱਡ ਬੁਡ ਜਦੋਂ ਪਿਛਲੇ ਪਿਛਲਾ ਅੱਖਰ ਕੇ ਤੇ ਟੀ ਜਾਂ ਡੀ ਹੁੰਦਾ ਹੈ ਤਾਂ ਔਂਕੜ ਬਣਦਾ ਹੈ ਜਦੋਂ ਪਿਛਲਾ ਅੱਖਰ ਐਲ ਜਾਂ ਐਨ ਹੁੰਦਾ ਹੈ ਤਾਂ ਇਹ ਤਲਿੰਕੜ ਬਣਦਾ ਹੈ ਜਿਵੇਂ ਕੂਲ ਪੂਲ ਫੂਲ ਬੂਲ ਮੂ ਮੂਨ ਨੂਨ ਸੂਨ ਸਪੂਨ ਅਤੇ ਸਕੂਲ ਓ ਵੀ ਨਾ ਆਬ ਤੇ ਓਈ ਨਾਲ ਇਸ ਦੇ ਅੱਖਰ ਜਿਹੜੇ ਹੈਗੇ ਆਹੋ ਹੋੜਾ ਬਣਦਾ ਹੈ ਡਬਲ ਬੱਬਲ ਆ ਗਿਆ ਹੈ ਕੌਬ ਮੌਬ ਜੌਬ ਇਥੇ ਹੋੜਾ ਬੋਨ ਕੋਨ ਹੋਮ ਤਾਂ ਪਿਆਰੇ ਬੱਚੋ ਤੁਸੀਂ ਇਹਨਾਂ ਦੋਨਾਂ ਪੇਜਾਂ ਦੇ ਜੋ ਹਨ ਸ਼ਬਦ ਉਹ ਉੱਚੀ ਬੋਲਨੇ ਹਨ ਅਤੇ ਲਿਖ ਕੇ ਇਹਨਾਂ ਦੇ ਫੋਟੋਗ੍ਰਾਫ ਮੈਨੂੰ ਭੇਜਨੇ ਹਨ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ